आरके नारायण दी कहानी है हरे कोट दे पीछे तेज धूप ਤੇ ਨੀਲੇ ਅਸਮਾਨ ਦੇ ਹੇਠਾਂ ਹਰਾ ਕੋਟ ਪਾਈ ਉਹ ਆਦਮੀ ਆਰਮਨਾਲ ਖੜਾ ਸੀ ਭੀੜ ਬਹੁਤ ਸੀ ਫਿਰ ਵੀ ਉਹ ਸਾਰਿਆਂ ਨੂੰ ਸਾਫ਼ ਨਜ਼ਰ ਆ ਰਿਹਾ ਸੀ ਪਿੰਡ ਦੇ ਲੋਕ ਕਮੀਜ਼ ਪਾਈ ਪੱਗਾਂ ਬੰਨ੍ਹੀ ਸ਼ਹਿਰ ਦੇ ਲੋਕ ਕੋਟ ਤੇ ਟੋਪੀਆਂ ਪਾਈ ਨੰਗੇ ਸਰੀਰ ਭਿਖਾਰੀ ਤੇ ਰੰਗ-ਬਰੰਗੀਆਂ ਸਾੜੀਆਂ ਚੌਰਤਾ ਛੋਟੀਆਂ-ਛੋਟੀਆਂ ਦੁਕਾਨਾਂ ਤੇ ਭੀੜੇ ਰਸਤਿਆਂ 'ਚ ਇੱਕ ਦੂਜੇ 'ਚ ਵੱਜਦੇ ਤੁਰੀ ਜਾ ਰਹੇ ਸਨ ਫੇਰ ਵੀ ਹਰਾ ਕੋਟ ਸਾਰਿਆਂ ਨਾਲੋਂ ਅਲੱਗ ਦਿਖਾਈ ਦੇ ਰਿਹਾ ਸੀ ਬਾਜ਼ਾਰ ਦੇ ਰੌਲੇ ਰੱਪੇ ਤੇ ਮਸਤੀ ਸਭ ਕੁਝ ਉੱਥੇ ਸੀ ਲੋਕ ਦੁਕਾਨਦਾਰਾਂ ਨਾਲ ਭਾ ਕਰ ਰਹੇ ਸਨ ਇੱਕ ਦੂਜੇ ਨਾਲ ਮਿਲਦੇ ਜੁਲਦੇ ਨਮਸਤੇ ਰਾਮ ਰਾਮ ਕਰਦੇ ਇਹਨਾਂ ਸਾਰਿਆਂ ਤੋਂ ਉੱਪਰ ਬਾਈਬਲ ਦਾ ਪ੍ਰਚਾਰ ਕਰਨ ਵਾਲਿਆਂ ਦੀ بلند ਆਵਾਜ਼ ਤੇ ਜਦੋਂ ਸਾਹ ਲੈਣ ਲਈ ਠਹਿਰਦਾ ਤਾਂ ਦੂਜੇ ਕੋਨੇ ਵਿੱਚੋਂ ਸਿਹਤ ਸੰਭਾਲ ਸੰਬੰਧੀ ਸੂਚਨਾਵਾਂ ਦੇਣ ਵਾਲਾ ਲਾਊਡ ਸਪੀਕਰ ਮਲੇਰੀਆ ਤੇ ਟੀਵੀ ਤੋਂ ਬਚਣ ਦੇ ਢੰਗ ਦੱਸਣ ਲੱਗਦਾ ਇਨਾ ਸਾਰਿਆਂ ਦੇ ਬਾਵਜੂਦ ਹਰਾ ਕੋਟ ਜਿਵੇਂ ਸਭ ਨੂੰ ਸੱਦਾ ਜਿਹਾ ਦਿੰਦਾ ਪ੍ਰਤੀਤ ਹੋ ਰਿਹਾ ਸੀ। ਰਾਜੂ ਇਸ ਸੱਦਾ ਨਕਾਰ ਨਾ ਸਕਿਆ। ਇਹ ਉਹਦੇ ਸੁਭਾਅ ਵਿੱਚ ਹੀ ਨਹੀਂ ਕਿ ਇੰਨੇ ਆਕਰਸ਼ਕ ਵਿਅਕਤੀ ਨੂੰ ਮਹੱਤਵ ਨਾ ਦੇਵੇ। ਉਹ ਭੀੜ ਤੋਂ ਬਿਲਕੁਲ ਵੱਖ ਨਾ ਹੁੰਦਾ ਤੇ ਇਹ ਵੀ ਜ਼ਾਹਿਰ ਨਾ ਹੋਣ ਦਿੰਦਾ ਕਿ ਲੋਕਾਂ 'ਚ ਉਹ ਬੜਾ ਘੁਲ ਮਿਲ ਰਿਹਾ ਹੈ। ਉਹ ਜਿੱਥੇ ਵੀ ਹੁੰਦਾ ਡਰਦਾ ਰਹਿੰਦਾ ਕਿ ਪੁਲਿਸ ਸਾਨੂੰ ਪਛਾਣ ਨਾ ਲਵੇ। ਅੱਜ ਉਹ ਜ਼ਿਆਦਾਤਰ ਨੰਗੇ ਸਰੀਰ ਸਿਰਫ ਇੱਕ ਨਿੱਕਰ ਪਾਈ ਪੱਗ ਬੰਨੀ ਜਿਸ ਨਾਲ ਉਹਦਾ ਸਿਰ ਪੂਰੀ ਤਰ੍ਹਾਂ ਢਕਿਆ ਜਾ ਗਿਆ ਸੀ ਕਿ ਲੋਕ ਉਹਨੂੰ ਪਿੰਡ ਦਾ ਕਿਸਾਨ ਸਮਝਣ ਘੁੰਮ ਰਿਹਾ ਸੀ ਇੱਕ ਦੁਕਾਨ ਦੇ ਨੇੜੇ ਕੇਲੇ ਦੇ ਛਿਲਕਿਆਂ ਦੇ ਢੇਰ ਤੇ ਬੈਠਾ ਉਹ ਭੀੜ ਨੂੰ ਦੇਖ ਰਿਹਾ ਸੀ ਭੀੜ ਨੂੰ ਉਹ ਹਮੇਸ਼ਾ ਬੜੇ ਧਿਆਨ ਨਾਲ ਦੇਖਦਾ ਸੀ ਦਰਅਸਲ ਇਹੀ ਉਹਦਾ ਪੇਸ਼ਾ ਵੀ ਸੀ ਆਮ ਤੌਰ ਤੇ ਪਹਿਲੀ ਤੱਕਣੀ ਉਹ ਘੁਮਣ ਫਿਰਨ ਵਾਲਾ ਸਧਾਰਨ ਆਦਮੀ ਦਿਖਦਾ ਸੀ ਤੇ ਉਸ ਤਾਕਤ ਇੰਨੀ ਸੀ ਕਿ ਧਿਆਨ ਨਾਲ ਦੇਖ ਕੇ ਸਹੀ ਆਦਮੀ ਦੀ ਜੇਬ 'ਚ ਹੱਥ ਪਾ ਦੇਵੇ। ਦੇਖਿਆ ਜਾਏ ਤਾਂ ਇਹ ਇੱਕ ਜੁਆਈ ਸੀ। ਕਦੇ ਉਹਨੂੰ ਜੇਬ 'ਚੋਂ ਕੁਝ ਨਾ ਮਿਲਦਾ ਤੇ ਹੱਥ ਸਹੀ ਸਲਾਮਤ ਬਾਹਰ ਆ ਜਾਏ ਤਾਂ ਖੁਦ ਨੂੰ ਵੱਡ ਭਾਗੀ ਮੰਨਦਾ ਸੀ। ਕਦੇ ਇੱਕ ਫਾਉਂਟੇਨ ਪੈਨ ਹੀ ਉਹਦੇ ਹੱਥ ਲੱਗਦਾ ਤੇ ਕਮੇਟੀ ਦੇ ਪਿੱਛੇ ਬੈਠਾ ਖਰੀਦਦਾਰ ਇਹਦੇ ਚਾਰ ਰਾਂਨੇ ਤੋਂ ਵੱਧ ਨਾ ਦਿੰਦਾ ਤੇ ਅਜਈਆਂ ਚੀਜ਼ਾਂ ਕਰਕੇ ਉਹਦੇ ਫੜੇ ਜਾਣ ਦਾ ਡਰ ਵੀ ਬਣਿਆ ਰਹਿੰਦਾ ਸੀ। ਰਾਜੂ ਨੇ ਫੈਸਲਾ ਕੀਤਾ ਕਿ ਹੁਣ ਉਹ ਫਾਉਂਟੇਨ ਪੈਨਾਂ ਨੂੰ ਹੱਥ ਵੀ ਨਹੀਂ ਲਾਏਗਾ। ਜੇ ਕੋਈ ਉਹਨੂੰ ਪਲੇਟ ਵਿੱਚ ਸਜਾ ਕੇ ਵੀ ਦੇਏਗਾ ਤਾਂ ਵੀ ਨਹੀਂ ਲਏਗਾ। ਇਹਨਾਂ 'ਚ ਬੜੀ ਪਰੇਸ਼ਾਨੀ ਹੁੰਦੀ ਸੀ। ਇਹਨਾਂ ਦੀ ਸਿਆਹੀ ਟਪਕਦੀ ਰਹਿੰਦੀ ਸੀ। ਇਹਨਾਂ ਦੀ ਜ਼ਿਆਦਾ ਵਰਤੋਂ ਵੀ ਨਹੀਂ ਸੀ। ਖਰੀਦਦਾਰ ਨੂੰ ਵੀ ਬਿਲਕੁਲ ਪਸੰਦ ਨਹੀਂ ਸੀ। ਘੜੀਆਂ ਵੀ ਇਸੇ ਸ਼੍ਰੇਣੀ 'ਚ ਆਉਂਦੀਆਂ ਸਨ। ਰਾਜੂ ਨੂੰ ਸਭ ਤੋਂ ਜ਼ਿਆਦਾ ਪਸੰਦ ਸੀ ਵੱਡਾ ਸਾਰਾ ਪਰਸ ਜਿਹਦਾ ਢਿੱਡ ਫੁੱਲਿਆ ਹੋਇਆ ਹੋਵੇ ਜੋ ਜੇ ਉਹ ਨੂੰ ਪਰਸ ਹੋਣ ਬਾਰੇ ਪਤਾ ਚੱਲਦਾ ਤਾਂ ਉਹ ਬੜੀ ਸਫਾਈ ਨਾਲ ਕੱਢਣ ਦੀ ਕੋਸ਼ਿਸ਼ ਕਰਦਾ ਉਸ ਵਿੱਚ ਰੱਖੇ ਪੈਸੇ ਕੱਢ ਕੇ ਪਰਸ ਨੂੰ ਕਿਤੇ ਸੁੱਟ ਦਿੰਦਾ ਤੇ ਖੁਸ਼ ਹੋ ਕੇ ਘਰ ਜਾਂਦਾ ਕਿ ਅੱਜ ਉਹਨੇ ਚੰਗਾ ਕੰਮ ਕੀਤਾ ਇਸ ਤੋਂ ਬਾਅਦ ਉਹ ਆਪਣਾ ਮੂੰਹ ਪਾਣੀ ਨਾਲ ਧੋਂਦਾ ਤੇ ਸਧਾਰਨ ਨਾਗਰਿਕ ਬਣ ਕੇ ਫਿਰ ਸੜਕਾਂ ਤੇ ਨਿਕਲ ਜਾਂਦਾ ਬੱਚਿਆਂ ਲਈ ਮਠਾਈ ਕਿਤਾਬਾਂ ਸਲੇਟਾਂ ਖਰੀਦਦਾ ਤੇ ਕਦੇ-ਕਦੇ ਪਤਨੀ ਲਈ ਕੁੜਤੇ ਦਾ ਕੱਪੜਾ ਵੀ ਖਰੀਦ ਲਿਆਉਂਦਾ ਪਤਨੀ ਬਾਰੇ ਉਹਦਾ ਦਿਮਾਗ ਸਦਾ ਹਲਕਾ ਨਹੀਂ ਰਹਿੰਦਾ ਸੀ ਜਦੋਂ ਜ਼ਿਆਦਾ ਪੈਸੇ ਲੈ ਕੇ ਘਰ ਆਉਂਦਾ ਤਾਂ ਇੱਕ ਵੱਡਾ ਹਿੱਸਾ ਲੁਖਾਫੀ ਚ ਰੱਖ ਕੇ ਪਹਿਲਾਂ ਹੀ ਕਿਤੇ ਲੁਕਾ ਦਿੰਦਾ ਫਿਰ ਘਰ ਚ ਵੜਦਾ ਨਹੀਂ ਤਾਂ ਪਤਨੀ ਬਹੁਤ ਸਾਰੇ ਸਵਾਲ ਪੁੱਛ ਕੇ ਪਰੇਸ਼ਾਨ ਕਰਦੀ ਉਹ ਜਾਨਣਾ ਚਾਹੁੰਦੀ ਸੀ ਕਿ ਹੁਣ ਉਹ ਸੱਚਮੁੱਚ ਸੁਧਰ ਗਿਆ ਜਾਂ ਨਹੀਂ ਤੇ ਜੋ ਵੀ ਕਮਾਉਂਦਾ ਹੈ ਕਮਿਸ਼ਨ ਦੇ ਰੂਪ ਚ ਹੀ ਕਮਾਉਂਦਾ ਹੈ ਤੇ ਜੇ ਕਮਿਸ਼ਨ ਕੀ ਹੁੰਦੀ ਹੈ ਇਹ ਉਹ ਭੋਰਾ ਵੀ ਨਹੀਂ ਜਾਣਦੀ ਸੀ ਇਹ ਸ਼ਬਦ ਉਹਨੂੰ ਚੰਗਾ ਤੇ ਸਹੀ ਲੱਗਦਾ ਸੀ ਰਾਜੂ ਛਿਲਕਿਆਂ ਦੇ ਢੇਰ ਤੋਂ ਉੱਠਿਆ ਹਰੀਕੋਟ ਦੇ ਪਿੱਛੇ ਲੱਗ ਗਿਆ ਉਸ ਨਾਲ ਉਤੀ ਕਦਮ ਪਿੱਛੇ ਚੱਲਣ ਲੱਗਾ ਇਹ ਫਾਸਲਾ ਉਹਨੂੰ ਠੀਕ ਲੱਗਦਾ ਸੀ ਤੇ ਤਜਰਬੇ ਤੋਂ ਉਹਨੇ ਇਹ ਜਾਣਿਆ ਕਿ ਦੋਵਾਂ ਦਰਮਿਆਨ ਫਾਸਲਾ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਆਦਮੀ ਦਾ ਹੱਥ ਪਰਸ ਤੋਂ ਕਿੰਨੀ ਦੂਰ ਹੈ ਇਹਦਾ ਪਤਾ ਹੀ ਨਾ ਚੱਲੇ ਤੇ ਇੰਨੀ ਨੇੜੇ ਵੀ ਨਹੀਂ ਹੋਣਾ ਚਾਹੀਦਾ ਕਿ ਦੂਜੇ ਨੂੰ ਸ਼ੱਕ ਹੋਣ ਲੱਗੇ ਇਹਦਾ ਫੈਸਲਾ ਚੰਗੀ ਗਣਨਾ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਤੇ ਇੱਕਦਮ ਸੰਤੁਲਿਤ ਹੋਣਾ ਚਾਹੀਦਾ ਬਿਲਕੁਲ ਉਸ ਸ਼ਿਕਾਰੀ ਵਾਂਗ ਜੋ ਸਭ ਤਰ੍ਹਾਂ ਦੇ ਜਾਨਵਰਾਂ ਦਾ ਪਿੱਛਾ ਕਰਦਾ ਤੇ ਸ਼ਿਕਾਰ ਤੋਂ ਬਾਅਦ ਸਹੀ ਸਲਾਮਤ ਕਰ ਪਰਤਣਾ ਚਾਹੁੰਦਾ ਹੈ ਜੰਗਲ ਦੇ ਸ਼ਿਕਾਰੀ ਦਾ ਕੰਮ ਇਸ ਲਈ ਆਸਾਨ ਹੁੰਦਾ ਹੈ ਕਿਉਂਕਿ ਉਹਨੂੰ ਸ਼ਿਕਾਰ ਦੇ ਸੁਰੱਖਿਆ ਦਾ ਵਿਚਾਰ ਨਹੀਂ ਕਰਨਾ ਪੈਂਦਾ ਇਸ ਕੰਮ 'ਚ ਸ਼ਿਕਾਰ ਨੂੰ ਪਤਾ ਵੀ ਨਾ ਲੱਗਣ ਦੇਣਾ ਦੇਣ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਹੈ ਉਹਨੂੰ ਸੱਟ ਪਹੁੰਚਾਣ ਦਾ ਇਸ 'ਚ ਸਵਾਲ ਹੀ ਪੈਦਾ ਨਹੀਂ ਹੁੰਦਾ ਰਾਜੂ ਬੜੇ ਧੀਰਜ ਨਾਲ ਉਡੀਕ ਕਰਦਾ ਰਿਹਾ ਇੱਕ ਦੁਕਾਨ ਤੇ ਖੜਾ ਚਟਾਈਆਂ ਦਾ ਭਾਅ ਕਰਦਾ ਰਿਹਾ ਨੇੜੇ ਹਰੀਕੋਟ ਵਾਲਾ ਠੇਲੇ ਤੋਂ ਨਾਰੀਅਲ ਕਟਵਾ ਕੇ ਆਰਾਮ ਨਾਲ ਪੀ ਰਿਹਾ ਸੀ ਲੱਗਦਾ ਸੀ ਉਹ ਇਥੋਂ ਹਟੇਗਾ ਹੀ ਨਹੀਂ ਅੰਦਰਲਾ ਸਾਰਾ ਦੁੱਧ ਪੀ ਕੇ ਉਹਨੇ ਹੌਲੀ-ਹੌਲੀ ਉਹਨੂੰ ਕਟਵਾ ਕੇ ਗੁੱਦਾ ਕਢਵਾਇਆ ਆਰਾਮ ਨਾਲ ਖਾਣ ਲੱਗਾ ਉਹਨੂੰ ਸਫੈਦ ਮਿੱਠਾ ਮਜ਼ੇਦਾਰ ਗੁੱਦਾ ਖਾਨਣਿਆ ਵੇਖ ਰਾਜੂ ਦੇ ਮੂੰਹ 'ਚ ਵੀ ਪਾਣੀ ਭਰਨ ਲੱਗਾ ਪਰ ਉਹਨੇ ਆਪਣੀ ਇੱਛਾ ਤੇ ਕਾਬੂ ਪਾ ਲਿਆ ਧੰਦੇ ਦੇ ਸਮੇਂ ਖਾਣ ਪੀਣ 'ਚ ਵਕਤ ਬਰਬਾਦ ਕਰਨਾ ਚੰਗੀ ਗੱਲ ਨਹੀਂ ਸੀ ਕਿਉਂਕਿ ਇਸ ਨਾਲ ਸ਼ਿਕਾਰ ਹੱਥੋਂ ਸਦਾ ਲਈ ਨਿਕਲ ਸਕਦਾ ਸੀ ਗੁੱਦਾ ਖਾਣ ਤੋਂ ਬਾਅਦ ਹਰੀਕੋਟ ਵਾਲੇ ਨੇ ਬਟੂਆ ਕੱਢਿਆ ਨਾਰੀਅਲ ਦੀ ਕੀਮਤ ਨੂੰ ਲੈ ਕੇ ਉਸ ਨਾਲ ਬਹਿਸ ਕਰਨ ਲੱਗ ਪਿਆ। ਉਹਦੀ ਆਵਾਜ਼ ਭਾਰੀ ਆਰੇ ਵਾਂਗ ਖੜਕਮਈ ਸੀ ਜੋ ਰਾਜੂ ਨੂੰ ਚੰਗੀ ਨਾ ਲੱਗੀ। ਉੱਚੀ ਤੇ ਦੀ ਗੁਰਰਾਹਟ ਵਾਂਗ ਸੀ। ਪਰ ਉਹ ਸ਼ਿਕਾਰੀ ਕਿਹੜਾ ਜੋ ਗੁਰਰਾਹਟ ਤੋਂ ਡਰ ਕੇ ਆਪਣੇ ਸ਼ਿਕਾਰੀ ਨੂੰ ਹੱਥੋਂ ਨਿਕਲ ਜਾਣ ਦੇਵੇ। ਪੈਸੇ ਲਈ ਉਹ ਜਿਵੇਂ ਨਾਰੀਅਲ ਵਾਲੇ ਨਾਲ ਲੜ ਰਿਹਾ ਸੀ। ਉਹ ਵੀ ਰਾਜੂ ਨੂੰ ਚੰਗਾ ਨਾ ਲੱਗਾ। ਉਹਨੇ ਸੋਚਿਆ ਕਿ ਇਹ ਘਟੀਆ ਤੇ ਕੰਜੂਸ ਆਦਮੀ ਹੈ। ਪੈਸੇ ਦਾ ਇਹਨੂੰ ਬੜਾ ਲਾਲਚ ਹੈ। ਕਦੇ ਅਜਿਹੇ ਲੋਕਾਂ ਦਾ ਬਟੂਆ ਗਾਇਬ ਹੋ ਜਾਏ ਤੇ ਬੜਾ ਤੂਫਾਨ ਖੜਾ ਕਰ ਦਿੰਦੇ ਆ। ਆਖਰਕਾਰ ਹਰਾ ਕੋਟ ਅੱਗੇ ਵਧਿਆ ਉਹ ਇੱਕ ਗੁਬਾਰੇ ਦੀ ਦੁਕਾਨ ਤੇ ਰੁਕਿਆ ਕੀਮਤ ਤੇ ਬਹਿਸ ਕਰਕੇ ਉਹਨੇ ਇੱਕ ਗੁਬਾਰਾ ਖਰੀਦਿਆ ਇਹ ਵੀ ਰਾਜੂ ਨੂੰ ਪਸੰਦ ਨਾ ਆਇਆ ਉਹ ਕਹਿ ਰਿਹਾ ਸੀ ਗੁਬਾਰਾ ਜਏ ਬੱਚੇ ਲਈ ਹੈ ਜਿਹਦੀ ਮਾਂ ਨਹੀਂ ਹੈ ਮੈਂ ਉਸ ਨਾਲ ਵਾਅਦਾ ਕੀਤਾ ਗੁਬਾਰਾ ਜ਼ਰੂਰ ਲਿਆਵਾਂਗਾ ਜੇ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰਸਤੇ 'ਚ ਫਟ ਜਾਂਦਾ ਹੈ ਜਾਂ ਗੁਆਚ ਜਾਂਦਾ ਹੈ ਤਾਂ ਬੱਚਾ ਸਾਰੀ ਰਾਤ ਰੋਂਦਾ ਰਹੇਗਾ ਤੇ ਮੈਨੂੰ ਬੜੀ ਤਕਲੀਫ ਹੋਏਗੀ ਰਾਜੂ ਨੂੰ ਇੱਕ ਸਟਾਲ ਦੇ ਨੇੜੇ ਆਪਣਾ ਮੌਕਾ ਲੱਭ ਗਿਆ ਇਥੇ ਅਖਬਾਰ ਪੜਦੇ ਗਾਂਧੀ ਜੀ ਦੇ ਮੋਮ ਦੇ ਬਣੇ ਇੱਕ ਬੁੱਤ ਨੂੰ ਦੇਖਣ ਲਈ ਲੋਕ ਇਕੱਠੇ ਹੋ ਰਹੇ ਸੀ 15 ਮਿੰਟਾਂ ਬਾਅਦ ਰਾਜੂ ਪਰਸ ਦਾ ਮੌਇਨਾ ਕਰ ਰਿਹਾ ਸੀ ਇੱਕ ਅਲੱਗ ਥਲੱਗ ਟੁੱਟੀ ਜੀ ਗੰਧ ਦੇ ਪਿੱਛੇ ਉਹਨੇ ਇਹਨੂੰ ਖੋਲਿਆ ਇਸ 20 ਰੁਪਏ ਦੇ ਨੋਟ ਤੇ 10 ਰੁਪਏ ਦੇ ਸਿੱਕੇ ਸਨ ਥੋੜੀ ਹੋਰ ਭਾਂ ਵੀ ਸੀ ਪੈਸੇ ਉਹਨੇ ਇਹ ਸੋਚ ਕੇ ਨਿੱਕਰ ਦੀ ਜੇਬ 'ਚ ਰੱਖ ਲਏ ਕਿ ਭਿਖਾਰੀਆਂ ਨੂੰ ਦੇ ਦੇਗਾ ਇਹ ਸੋਚ ਕੇ ਉਹਨੂੰ ਬੜਾ ਚੰਗਾ ਲੱਗਾ ਮੇਲੇ ਦੇ ਸ਼ੁਰੂ ਵਾਲੇ ਹਿੱਸੇ 'ਚ ਇੱਕ ਅੰਨਾ ਭਿਖਾਰੀ ਚੀਕ-ਚੀਕ ਕੇ ਭੀਖ ਮੰਗ ਰਿਹਾ ਸੀ ਤੇ ਕਿਸੇ ਨੂੰ ਉਦੀ ਪਰਵਾਹ ਨਹੀਂ ਸੀ ਅੱਜ ਦੀ ਦੁਨੀਆ ਚ ਦੂਜਿਆਂ ਲਈ ਹਮਦਰਦੀ ਭੋਰਾ ਵੀ ਨਹੀਂ ਰਹੀ 300 ਰੁਪਏ ਨੇ ਆਪਣੀ ਪੱਗ ਦੇ ਸਿਰੇ ਤੇ ਗੰਡ ਬਣਾ ਕੇ ਬੰਨ ਲਏ ਉਹਨੂੰ ਦੁਬਾਰਾ ਫੇਰ ਠੀਕ ਕਰਕੇ ਬੰਨ ਲਿਆ ਇਹਨਾਂ ਪੈਸਿਆਂ ਨਾਲ ਮਹੀਨੇ ਦੇ ਬਾਕੀ ਦੇ ਦਿਨ ਆਰਾਮ ਨਾਲ ਲੰਘ ਜਾਣਗੇ 15 ਦਿਨ ਤੱਕ ਉਹ ਭਲੇ ਆਦਮੀ ਦੀ ਜ਼ਿੰਦਗੀ گزارੇਗਾ ਤੇ ਪਤਨੀ ਬੱਚਿਆਂ ਨੂੰ ਸਿਨੇਮਾ ਦਿਖਾਉਣ ਵੀ ਲੈ ਜਾਏਗਾ ਹੁਣ ਖਾਲੀ ਬਟਵਾਉ ਦੇ ਹੱਥ ਸੀ ਹੁਣ ਉਹਦਾ ਕੰਮ ਇਹ ਹੀ ਰਹਿ ਗਿਆ ਸੀ ਕਿ ਉਹਨੂੰ ਕਿਸੇ ਖੂਹ ਚ ਸੁੱਟ ਦੇ ਹੱਥ ਛਾੜ ਕੇ ਸਾਫ਼ ਕਰ ਲਏ ਤੇ ਰਾਜਿਆਵਾਂਗ ਸਾਹਿਬ ਮਨ ਤੇ ਇੱਜ਼ਤ ਨਾਲ ਮੇਲੇ 'ਚ ਘੁੰਮੇ ਫਿਰੇ। ਉਹਨੇ ਖੂਬ ਨਰਚਾਤੀ ਮਾਰੀ। ਥੋੜਾ ਜਿਹਾ ਪਾਣੀ ਸੀ। ਹੋ ਸਕਦਾ ਬਟੂਆ ਪਾਣੀ 'ਚ ਤੈਰਨ ਲੱਗੇ ਤੇ ਤੈਰਦਾ ਹੋਇਆ ਪਰ ਬੜੀਆਂ ਪਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਉਹਨੇ ਬਟੂਆ ਖੋਲਿਆ ਤਾਂ ਜੋ ਉਸ ਵਿੱਚ ਪੱਥਰ ਭਰ ਕੇ ਖੂਚ ਸੁੱਟ ਦੇਵੇ ਜਿਸ ਕਰਕੇ ਉਹ ਪਾਣੀ ਦੀ ਸਤ੍ਹਾ ਤੇ ਤੈਰਨ ਦੀ ਬਜਾਏ ਜਾ ਕੇ ਤਲੇ 'ਚ ਡੁੱਬ ਜਾਵੇ। ਉਦੋਂ ਹੀ ਉਹਨੂੰ ਬਟੂਏ ਵਿੱਚ ਗੁਬਾਰਾ ਦਿਖਾਈ ਦਿੱਤਾ ਜੋ ਤਹਿ 'ਚ ਰੱਖਿਆ ਹੋਇਆ ਸੀ। ਉਨੂੰ ਯਾਦ ਆਇਆ ਗੁਬਾਰਾ ਹਰੇਕੋਟ ਨੇ ਆਪਣੇ ਬੱਚੇ ਲਈ ਖਰੀਦਿਆ ਸੀ ਤੇ ਇਹਦੀ ਕੀਮਤ ਲਈ ਬੜੀ ਬਹਿਸ ਕੀਤੀ ਸੀ। ਉਹਨੇ ਸੋਚਿਆ ਇਹਨੂੰ ਪਰਸ ਚ ਰੱਖਣ ਦੀ ਕੀ ਲੋੜ ਸੀ। ਵੱਡਿਆਂ ਦੀਆਂ ਇਹਨਾਂ ਲਾਪਰਵਾਹੀਆਂ ਕਰਕੇ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਹੈ। ਉਹਨੂੰ ਕ੍ਰੋਧ ਆ ਗਿਆ ਤੇ ਕਲਪਨਾ 'ਚ ਉਹ ਦੇਖਣ ਲੱਗਾ ਕਿ ਦਰਵਾਜ਼ੇ 'ਚ ਖੜੇ ਗੁਬਾਰੇ ਦੀ ਉਡੀਕ ਕਰ ਰਹੀ। ਬਿਨ ਮਾਂ ਦੇ ਬੱਚੇ ਨੂੰ ਦੇਣ ਲਈ ਪਿਤਾ ਨੂੰ ਜੇਬ 'ਚ ਹੱਥ ਪਾਉਣ ਤੇ ਜਦੋਂ ਪਰਸ ਨਹੀਂ ਮਿਲਦਾ ਤਾਂ ਬੱਚੇ ਤੇ ਆਪਣਾ ਗੁੱਸਾ ਕੱਢਣ ਲੱਗਦਾ ਹੈ ਇਸ ਕਲਪਨਾ ਨਾਲ ਉਹ ਸਹਿਮ ਗਿਆ। ਮਾਂ ਹੀਣ ਬੱਚੇ ਦੀ ਹਾਲਤ ਦਾ ਵਿਚਾਰ ਆਉਂਦਿਆਂ ਹੀ ਰਾਜੂ ਦਾ ਗੱਜ ਪਰ ਆਇਆ ਬੱਚੇ ਨੂੰ ਉਥੇ ਢਾਰਸ ਦੇਣ ਵਾਲਾ ਕੋਈ ਨਹੀਂ ਹੋਏਗਾ ਜੇ ਉਹਨੇ ਰੋਣਾ ਸ਼ੁਰੂ ਕਰ ਦਿੱਤਾ ਹੋ ਸਕਦਾ ਹੈ ਉਹ ਗੁੰਡਾ ਉਹਨੂੰ ਕੁੱਟਣ ਲੱਗੇ ਇਹਦੀ ਸ਼ਕਲ ਤੋਂ ਇਹ ਹਰਗिज ਨਹੀਂ ਲੱਗਦਾ ਕਿ ਬੱਚਿਆਂ ਦੀ ਭਾਸ਼ਾ ਜਾਣਦਾ ਹੋਏਗਾ ਰਾਜੂ ਨੇ ਸੋਚਿਆ ਬੱਚਾ ਉਹਦੇ ਦੂਜੇ ਬੇਟੇ ਦੇ ਬਰਾਬਰ ਹੋਏਗਾ ਇਹ ਸੋਚ ਉਹਦਾ ਮਨ ਰਹਿਮ ਨਾਲ ਪਰ ਉਠਿਆ ਮੰਨ ਲਓ ਮੇਰੀ ਆਪਣੀ ਪਤਨੀ ਮਰ ਗਈ ਹੁੰਦੀ ਵੈਸੇ ਇਸ ਤਰ੍ਹਾਂ ਹੁੰਦਾ ਤਾਂ ਉਹਦੀਆਂ ਮੁਸ਼ਕਲਾਂ ਘੱਟ ਹੀ ਹੁੰਦੀਆਂ ਕਿਉਂਕਿ ਉਹਦੀ ਵਜ੍ਹਾ ਕਰਕੇ ਉਹਨੂੰ ਆਪਣੇ ਪੈਸੇ ਲੁਕਾ ਕੇ ਰੱਖਣੇ ਪੈਂਦੇ ਸੀ ਫਿਰ ਉਹਨੇ ਇਸ ਤੇ ਜ਼ਿਆਦਾ ਸੋਚਣਾ ਸਹੀ ਨਾ ਸਮਝਿਆ ਇਹ ਮੁੱਖ ਮੁੱਦਾ ਨਹੀਂ ਸੀ ਜੇ ਪਤਨੀ ਨਾ ਰਹੇ ਤਾਂ ਉਹਨੂੰ ਅਫਸੋਸ ਤਾਂ ਬੜਾ ਹੋਏਗਾ ਤੇ ਬੱਚਿਆਂ ਨੂੰ ਖੁਸ਼ ਰੱਖਣ 'ਚ ਵੀ ਬੜੀਆਂ ਮੁਸ਼ਕਲਾਂ ਦਰਪੇਸ਼ ਹੋਣਗੀਆਂ ਉਹਨੇ ਫੈਸਲਾ ਕੀਤਾ ਕਿ ਮਾਂ ਹੀਨ ਬੱਚੇ ਨੂੰ ਇਹ ਗੁਬਾਰਾ ਮਿਲਣਾ ਹੀ ਚਾਹੀਦਾ ਪਰ ਕਿਵੇਂ ਉਹਨੇ ਕੰਧ ਦੇ ਪਿੱਛੇੋਂ ਚਾਕ ਕੇ ਵੇਖਿਆ ਭੀੜ ਕਾਫੀ ਦੂਰ ਨਜ਼ਰ ਆ ਰਹੀ ਸੀ ਗੁਬਾਰਾ ਵਾਪਸ ਤਾਂ ਕੀਤਾ ਨਹੀਂ ਜਾ ਸਕਦਾ ਬਸ ਇਹੀ ਕੀਤਾ ਜਾ ਸਕਦਾ ਵੀ ਉਹਨੂੰ ਪਰਸ ਚ ਮੋੜ ਰੱਖ ਦਿੱਤਾ ਜਾਏ ਤੇ ਫਿਰ ਪਰਸ ਨੂੰ ਚੁੱਪਚਾਪ ਹਰੇਕੋਟ ਦੀ ਜੇਬ ਚ ਪਾਤਾ ਜਾਏ ਹਰੇਕੋਟ ਵਾਲਾ ਬਾਈਬਲ ਦਾ ਪ੍ਰਚਾਰ ਕਰਨ ਵਾਲੇ ਦੇ ਸਾਹਮਣੇ ਲੱਗੀ ਭੇਡ ਨੂੰ ਦੇਖ ਰਿਹਾ ਸੀ ਬੁਲਾਰਾ ਜੋਰ ਸ਼ੋਰ ਨਾਲ ਭਾਸ਼ਣ ਦੇ ਰਿਹਾ ਸੀ ਉਹਦੇ ਸਾਹਮਣੇ ਚੱਕਰ ਬਣਾਈ ਖੜੇ ਲੋਕ ਸਵਾਲ ਪੁੱਛ ਰਹੇ ਸਨ ਤੇਰਾ ਈਸ਼ਵਰ ਕਿੱਥੇ ਰਹਿੰਦਾ ਹੈ ਜਵਾਬ ਸੁਣਨ ਲਈ ਲੋਕ ਚੁੱਪ ਹੋ ਗਏ ਰਾਜੂ ਹਰੇਕੋਟ ਦੇ ਕੋਲ ਪਹੁੰਚ ਗਿਆ ਗੁਬਾਰਾ ਸਿਰਫ ਪਰ ਸਵਿਚ ਸੀ ਤੇ ਪਰਸੋ ਦੇ ਹੱਥ ਵਿੱਚ ਉਹਨਾਂ ਨੂੰ ਇਹ ਜੇਬ 'ਚ ਰੱਖ ਦਏਗਾ ਹੱਥ ਲਾਉਂਦਿਆਂ ਹੀ ਰਾਜੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹਰੇਕੋਟ ਨੇ ਹੱਥ ਫੜ ਲਿਆ ਤੇ ਚੀਕਿਆ ਪਾਕਟ ਮਾਰ ਸਵਾਲ ਪੁੱਛਣ ਵਾਲੇ ਈਸ਼ਵਰ ਦੀ ਸਮੱਸਿਆ ਭੁੱਲ ਗਏ ਤੇ ਰਾਜੂ ਵੱਲ ਘੁਮੇ ਜੋ ਖੁਦ ਚੀਕਣ ਲੱਗਾ ਸੀ ਮੈਨੂੰ ਛੱਡੋ ਹਰੇਕੋਟ ਨੇ ਜ਼ੋਰ ਦੀ ਥੱਪੜ ਉਹਦੇ ਦੇ ਮਾਰਿਆ ਇਸ ਸੱਟ ਨਾਲ ਰਾਜੂ ਜਿਵੇਂ ਅੰਨ੍ਹਾ ਹੀ ਹੋਣ ਲੱਗਾ ਇੱਕ ਪਲ ਹੀ ਉਹ ਭੁੱਲ ਗਿਆ ਵੀ ਉਹ ਕਿੱਥੇ ਹੈ ਇਹ ਵੀ ਕਿ ਉਹ ਕੌਣ ਹੈ ਅੱਖਾਂ ਦੇ ਅੱਗੇ ਨੇਰਾ ਜਦੋਂ ਥੋੜਾ ਘਟਿਆ ਝੋਲਾ ਕੁਝ ਘਟਿਆ ਉਹਨੇ ਅੱਖਾਂ ਖੋਲੀਆਂ ਦੇਖਿਆ ਹਰਾ ਕੋਟ ਉਹਨੂੰ ਨਹੀਂ ਸਾਰੀ ਦੁਨੀਆ ਨੂੰ ਘੇਰੀ ਖੜਾ ਉਹ ਦੂਜਾ ਵਾਰ ਕਰਨ ਲਈ ਤਿਆਰ ਹੋ ਰਿਹਾ ਸੀ ਰਾਜੂ ਬੜਾ ਡਰ ਗਿਆ ਕਹਿਣ ਲੱਗਾ ਮੈਂ ਮੈਂ ਤਾਂ ਪਰਸ ਵਾਪਸ ਰੱਖ ਰਿਹਾ ਸੀ ਹਰੇ ਕੋਟ ਨੇ ਦੰਦ ਕੜੀਚੇ ਉਹਦੀ ਬਾਹਾਂ ਦੀਆਂ ਹੱਡੀਆਂ ਤੋੜ ਸੁੱਟੀਆਂ ਲੋਕ ਹੱਸਣ ਲੱਗੇ ਕਈਆਂ ਨੇ ਖੁਦ ਵੀ ਉਹਨੂੰ ਥੱਪੜ ਮਾਰੇ ਰਾਜੂ ਮੈਜਿਸਟ੍ਰੇਟ ਦੇ ਸਾਹਮਣੇ ਵੀ ਇਹੀ ਕਹਿੰਦਾ ਰਿਹਾ ਕਿ ਮੈਂ ਤਾਂ ਪਰਸ ਵਾਪਸ ਰੱਖ ਰਿਹਾ ਸੀ ਲੋਕ ਹੱਸ ਰਹੇ ਸੀ ਫਿਰ ਪੁਲਿਸ ਦੀ ਦੁਨੀਆ ਦਾ ਆਈ ਅਮਜ਼ਾਕ ਬਣ ਗਿਆ ਰਾਜੂ ਦੀ ਬੀਵੀ ਜੇਲ੍ਹ ਚੋਂ ਨੂੰ ਮਿਲਣ ਆਈ ਤੇ ਰੋ ਕੇ ਕਹਿਣ ਲੱਗੀ ਤੂੰ ਸਾਨੂੰ ਸਾਰਿਆਂ ਨੂੰ ਸ਼ਰਮਿੰਦਾ ਕੀਤਾ ਰਾਜੂ ਗੁੱਸੇ ਨਾਲ ਬੋਲਿਆ ਕਿਉਂ ਕੀਤਾ ਮੈਂ ਤਾਂ ਪਰਸੋ ਦੀ ਜੇਬ ਚ ਰੱਖ ਰਿਹਾ ਸੀ 18 ਮਹੀਨਿਆਂ ਦੀ ਸਜ਼ਾ ਕੱਟ ਕੇ ਜਦੋਂ ਵਾਪਸ ਪਰਤਿਆ ਤਾਂ ਸੋਚਦਾ ਰਿਹਾ ਕਿ ਉਹਨੂੰ ਹੁਣ ਕੀ ਕਰਨਾ ਚਾਹੀਦਾ ਹੈ ਉਹਨੇ ਖੁਦ ਨੂੰ ਕਿਹਾ ਜੇ ਹੁਣ ਮੈਂ ਕਿਸੇ ਦੀ ਜੇਬ ਕੱਟੂੰਗਾ ਤਾਂ ਵਾਪਸ ਹਰਗਿਜ਼ ਨਹੀਂ ਰੱਖਾਂਗਾ ਉਹਨਾਂ ਨੂੰ ਭਰੋਸਾ ਹੋਣ ਲੱਗਾ ਸੀ ਕਿ ਈਸ਼ਵਰ ਨੇ ਉਸ ਵਰਗੇ ਲੋਕਾਂ ਨੂੰ ਇੱਕ ਤਰਫਾ ਸਫਾਈ ਹੀ ਬਖਸ਼ੀ ਹੈ ਇਹ ਉਂਗਲਾਂ ਕੱਢ ਤਾਂ ਸਕਦੀਆਂ ਵਾਪਸ ਨਹੀਂ ਰੱਖ ਸਕਦੀਆਂ ਧੰਨਵਾਦ